ਕਹਿੰਦੇ ਦਰਸ਼ਕੋ ਤੁਹਾਡੇ ਆਪਣੇ ਜਸਵਿੰਦਰ ਪੱਲਾ ਵੱਲੋਂ ਤੇ ਮੇਰੀ ਬੈਟਰ ਹਾਫ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅਸੀਂ ਤੁਹਾਡੇ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇਸ ਕਰੋਨਾ ਕਾਲ ਵਿੱਚ ਵੀ ਮੇਰਾ ਬਰਥਡੇ ਯਾਦ ਰੱਖਿਆ ਤੇ ਤੁਹਾਡੇ ਵੱਲੋਂ ਮੈਨੂੰ ਢੇਰ ਸਾਰੀਆਂ ਦੁਆਵਾਂ ਤੇ ਬਹੁਤ ਸਾਰਾ ਪਿਆਰ ਭੇਜਿਆ ਹੋਇਆ ਮਿਲਿਆ। ਸੋ ਮੈਨੀ ਮੈਨੀ ਥੈਂਕਸ ਐਂਡ ਲਵ ਯੂ ਆਲ। ਕੇਕ ਵੀ ਕੱਟ ਲਓ ਹੁਣ। ਕੀ ਗੱਲ, ਠੰਡਾ ਹੁੰਦਾ ਕੱਟ ਲੈਂਦੇ, ਕੈਂਚੀ ਕਿੱਥੇ? ਤੁਸੀਂ ਸੋਚਦੇ ਤਾਂ ਹੋਵੋਗੇ ਕਿ ਮੈਂ ਕੈਂਚੀ ਕਿਉਂ ਮੰਗਾਈ ਆ, ਕੇਕ ਕੱਟਣ ਲਈ ਚਾਕੂ ਕਿਉਂ ਨਹੀਂ ਮੰਗਾਇਆ? ਚਾਕੂ ਦਾ ਤਾਂ ਮੰਗਾਉਂਦਾ ਜੇ ਕੇਕ ਅਸਲੀ ਹੁੰਦਾ। ਅਸਲੀ ਕੇਕ ਕਿੱਥੋਂ ਆਉਣਾ ਸੀ? ਸਾਰੇ ਪਾਸੇ ਤਾਂ ਲੌਕਡਾਊਨ, ਪਰ ਚਾਅ ਵੀ ਪੂਰੇ ਕਰਨੇ ਸੀ। ਇਸ ਕਰਕੇ ਮੇਰੀ ਧਰਮ ਪਤਨੀ ਨੇ ਆਪਣੇ ਹੱਥਾਂ ਨਾਲ ਮੇਰੇ ਬਰਥਡੇ ਦਾ ਕੇਕ ਬਣਾਇਆ। ਔਰ ਜਿਹੜਾ ਕੇਕ ਬਣਾਇਆ ਉਹ ਪੇਪਰ ਦਾ ਕੇਕ ਹੈ, ਯਾਨੀ ਕਿ ਕਾਗਜ਼ ਦਾ ਕੇਕ ਹੈ। ਥੈਂਕ ਯੂ ਵੈਰੀ ਮੱਚ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਮੀ। ਥੈਂਕ ਯੂ। ਬਸ ਕਾਗਜ਼ੀ ਕੇਕ ਨਾਲ ਹੀ ਸਾਰਤਾ, ਇਹਨੂੰ ਕਹਿੰਦੇ ਸੁੱਕੇ ਤੇ ਮਿਲਣ ਵਾਲੀ ਹੈ। ਚੱਲ ਇਹ ਤਾਂ ਠੀਕ ਹੈ, ਮੇਰਾ ਗਿਫਟ ਲਓ ਜੀ, ਪਾਓ ਸ਼ਰਟ। ਵਾਹ, ਦੁਕਾਨਾਂ ਬੰਦ ਸੀ ਜੀ, ਕਮੀਜ਼ ਕਿਤੋਂ ਮਿਲੀ ਨਹੀਂ, ਇਸ ਕਰਕੇ ਜਨਾਬ ਨੇ ਕਮੀਜ਼ ਵੀ ਪੇਪਰ ਦੀ ਬਣਾ ਛੱਡਿਆ। ਟਾਈ ਦੇਖੋ ਤੇ ਚੈੱਕ ਦੇਖੋ ਕਿੱਡਾ ਪਿਆਰਾ। ਮੇਰਾ ਕਾਰਡ ਕਿੱਥੇ ਹੈ? ਕਾਰਡ ਵੀ ਹੈ। ਵਾਹ, ਹੈਪੀ ਬਰਥਡੇ ਟੂ ਯੂ। ਥੈਂਕ ਯੂ ਵੈਰੀ ਮੱਚ। ਇਹਨੂੰ ਕਹਿੰਦੇ ਆ ਜੀ ਗਾਗਰ ਚ ਸਾਗਰ ਭਰਨਾ। ਕੀ ਕੀਤਾ ਜਾ ਸਕਦਾ, ਆਹ ਦਿਨ ਵੀ ਦੇਖਣੇ ਸੀ। ਕੋਈ ਗੱਲ ਨਹੀਂ, ਅਗਲੇ ਸਾਲ ਅਸਲੀ ਕੇਕ ਵੀ ਮੰਗਾ ਲਾਂਗੇ। ਓਏ ਜੱਗ ਮਿੱਠਾ, ਅਗਲਾ ਕਹਿੰਦੇ ਮਿੱਠਾ, ਤੁਸੀਂ ਅੱਜ ਹੀ ਅਸਲੀ ਕੇਕ ਖਾ। ਮੈਂ ਤੂੰ ਕਿਹੜਾ ਜੱਗ ਨੂੰ ਮਿੱਠਾ ਕਹਿਣ ਲੱਗਿਆ ਹਾਂ? ਲੋਕਾਂ ਦੇ ਤਾਂ ਦਿਲ ਖੱਟੇ ਕੀਤੇ ਪਏ ਨੇ ਸਾਲੇ ਕਰੋਨਾ ਨੇ। ਮੰਮੀ ਮੈਂ ਕਿਹਾ ਸੀ ਨਾ, ਇਸ ਇਨਸਾਨ ਦਾ ਜਿੰਨਾ ਮਰਜ਼ੀ ਕਰ ਲਓ ਕਦੇ ਨੀ ਖੁਸ਼ ਹੋ ਸਕਦੇ। ਐਸੀ ਗੱਲ ਨੀ ਬੁਖਾਰ, ਮੇਰੇ ਤੋਂ ਬਹੁਤ ਖੁਸ਼ ਨੇ। ਮੰਮੀ ਮੈਂ ਮੂੰਹ ਨਾ ਖਿਲਾਓ, ਜਾਣਦਾ ਮੈਂ ਕਿੰਨੇ ਖੁਸ਼ ਨੇ ਤੁਹਾਡੇ ਤੋਂ। ਓਏ ਤੂੰ ਬੜੇ ਦਿਨਾਂ ਦੇ ਦਿਨ ਸਾਡਾ ਆਸ ਵਿੱਚ ਝੱਜੂ ਨਾ ਪਵਾ ਦੇ। ਤੂੰ ਆਪਣੀ ਗੱਲ ਕਰ, ਲੌਕਡਾਊਨ ਚ ਕੇਕ ਲੈਣ ਬਾਹਰ ਕਿਉਂ ਗਿਆ ਸੀ? ਉਹ ਕੌਣ ਬਾਹਰ ਗਿਆ ਸੀ ਤੇ ਹੋਰ ਛੱਤ ਪੜ ਗਿਆ ਗਿਆ? ਤੂੰ ਆਨਲਾਈਨ ਮੰਗਾਇਆ ਡਿਲੀਵਰੀ ਬੋਆਏ ਕੋਲੋਂ। ਡਿਲੀਵਰੀ ਬੋਆਏ ਨੂੰ ਕਰੋਨਾ ਨਹੀਂ ਹੋ ਸਕਦਾ ਜਾਂ ਦਰਦ ਤੁਰਿਆ ਫਿਰਦਾ? ਅਗਲਿਆਂ ਦੇ ਨਾਲ ਮੈਸੇਜ ਲਿਖ ਕੇ ਪਾਇਆ ਸੀ ਕਿ ਦੁਕਾਨ ਤੋਂ ਤੁਰਨ ਲੱਗਿਆ ਹੈ, ਬੋਆਏ ਦਾ ਟੈਂਪਰੇਚਰ 97.3 ਸੀ। ਅੱਛਾ, ਸਿਵਲ ਸਰਜਨ ਨੇ ਚੈੱਕ ਕੀਤਾ ਸੀ? ਉਹ ਸਾਲ ਜਲ ਜੀ ਪਿਸਤੌਲ ਦੀ ਗੱਲ ਦੱਸਦੀ ਬੋਲੀ ਜਾ। ਤੁਹਾਨੂੰ ਕੱਢਿਆ ਕਿੱਥੇ? ਪਿਓ ਦੀ ਪੂਰੀ ਗੱਲ ਤਾਂ ਸੁਣ ਜਾ। ਹਾਂ ਸੁਣਾ ਦੋ, ਜਿਹੜਾ ਇੱਕ ਡਾਲਰ ਦਾ ਸੁਣਾ ਦੋ। ਕਿਹੜਾ ਡਾਲਰ? ਗੰਦੀ ਲਾਲ ਨਾ, ਮਜ਼ਾ ਨਾ ਸਵਾਦ। ਲਾਲ ਤਾਂ ਪਤਾ ਨਹੀਂ ਪਰ ਕੇਕ ਬਹੁਤ ਸਵਾਦ ਆ। ਸੋ ਹੈਪੀ ਬਰਥਡੇ ਕਰੇ, ਮਨਾਓ।